حسین لبیک یا حسین لبیک یا حسین لبیک یا حسین لبیک یا حسین بلند آواز سے دعا پڑھیے اعوذ باللہ من الشیطان الرجیم بسم اللہ الرحمن الرحیم انا اعطیناک الکوثر فصلی لربک ان شانئک هو الابتر صدق اللہ العلی العظیم درود پڑھیے قالوا انا للہ و انا الیہ راجعون دشت میں رہ گی تنہا تو وطن یاد آیا پانی پہ پڑی جو نظر تو ہر تشنہ دہن یاد آیا دشت میں رہ گی تنہا تو وطن یاد آیا پانی پہ جو پڑی نظر تو ہر تشنہ دہن یاد آیا لے کے مدینہ سے ہر چیز چلی تھی زینب بھائی کی لاش پہ پہنچی تو کفن یاد آیا مومن آزاد آئے صبح آپ لوگوں نے اذان علی اکبر کی مجلس سنی آپ تمام مومنین جب یہاں سے سارے چلے گئے نا امام بارگاہ میں کوئی بھی نہیں تھا میں بھی چلا گیا تھا بھائی اظہر میں کسی کام کے سلسلے میں مجھے دوبارہ امام بارگاہ میں 5 بجے آنا پڑا جب میں آیا تو میں نے 50 سے 60 سالہ ضعیفہ امام بارگاہ کے بیر پہ بیٹھی ہوئی دیکھی میں نے کہا اماں سارے چلے گئے ہیں تو ابھی ادھر کیوں بیٹھی ہے کہتی بیٹا مجھے کچھ نہ کہنا مجھے اندھیرے سے ڈر لگتا ہے مجھے اس ممبر کی قسم یہ آج کا واقعہ ہے بیٹا میں دور سے آئی ہوں مجھے کچھ نہ کہنا مجھے اندھیرے سے ڈر لگتا ہے جب 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 سورج نکلے گا میں خود بخود یہاں سے چلی جاؤں گی واہ غربتا بی بی زینب تیری غربت پہ میں قربان جاؤں اندھیری رات جنگل بیابان الحافظ الحفیظ کی صدا جو اپنے بابا سے بولنے سے شرماتی تھی نہ جانے کس طرح آج وہ پہرا دے رہی ہوگی پتہ نہیں کیسے وہ آج کی رات اس نے سیدانیوں کا کیسے خیال کیا ہوگا کیسے پہرا دیا ہوگا عزاداروں ماتمیوں مقتل والے لکھ دن دا محرم 61 ہجری جمعے دے دین نواس رسول جگر گوش پاک علی و بطول سید و شہداء مظلوم کربلا
ਦੀ ਸ਼ਹਾਦਤ ਦੇ ਬਾਅਦ ਮੁਸਲਮਾਨਾਂ ਸਭ ਤੋਂ ਪਹਿਲੇ ਜੁਮਾ ਪੜ੍ਹਿਆ। ਮੈਨੂੰ ਦਿੱਲੀ ਤਫਸੀਲੀ ਥੋੜ੍ਹਾ ਜਿਹਾ ਮਸਾਹਿਬ ਤਾਰੀਖ ਦੇ ਹਵਾਲੇ ਨਾਲ ਇੱਕ ਇੱਕ ਲਫ਼ਜ਼ ਦਾ ਜ਼ਾਮਿਨਾ। ਮੇਰੇ ਭਾਈਓ, ਕੁਝ ਲੋਕਾਂ ਜੁਮਾ ਪੜ੍ਹਿਆ, ਨੌਜਵਾਨੋ, ਕੁਝ ਲੋਕਾਂ ਕਤਲੇ ਇਮਾਮ ਹੁਸੈਨ ਦੀ ਮੰਨਤ 'ਚ ਨਵਾਫਲ ਅਦਾ ਕੀਤੇ। ਮੇਰੇ ਭਾਈਓ, ਇਮਾਮ ਹੁਸੈਨ ਅਲੈਹਿ ਸਲਾਮ ਦੀ ਸ਼ਹਾਦਤ ਦੇ ਬਾਅਦ ਰੋਣਾ ਤੇ ਉੱਠਣਾ ਜਿਤਨਾ ਆਲੇ ਮੁਹੰਮਦ ਚਾਹੁੰਦੇ ਨੇ। ਇਮਾਮ ਦੀ ਸ਼ਹਾਦਤ ਦੇ ਬਾਅਦ ਉਮਰ ਇਬਨ ਸਾਦ ਮਲਊਨ ਆਪਣੀ ਮਲਊਨ ਫੌਜ ਦੇ ਕੋਲ ਆਏ ਅਤੇ ਆਪਣੀ ਫੌਜ ਨੂੰ ਅਤੇ ਮਾਰ ਤਾਂ ਗਿੱਧਾ ਸੇ, ਸ਼ਹੀਦ ਤਾਂ ਕਰ ਗਿੱਧਾ ਸੇ, ਮਗਰ ਅਜਾ ਤੱਕ ਲਾਸ਼ਾਂ ਦੀ ਪਹਿਚਾਣ ਬਾਕੀ ਹੈ। ਇਹ ਬੇਗੈਰਤ ਆਪਣੀ ਫੌਜ ਨੂੰ ਆਦੇ ਕੋਈ ਇਹੋ ਜਿਹਾ ਜ਼ੁਲਮ ਕਰੋ ਨਾ, ਕੱਲ ਭੈਣ ਜੋ ਆਵੇ ਨਾ ਭਰਾ ਦੀ ਲਾਸ਼ ਤੇ, ਕੱਲ ਮਾਂ ਜੋ ਆਵੇ ਨਾ ਪੁੱਤਰ ਦੀ ਲਾਸ਼ ਤੇ ਪਹਿਚਾਣ ਨਾ ਸਕੇ। ਦਿਨ ਕਿਹੜਾ ਜ਼ੁਲਮ ਕਰਨਾ ਚਾਹੀਦਾ? ਜ਼ਿਕਰ ਦੀ ਅਜ਼ਮਤ ਦੀ ਕਸਮੇ, ਇਹ ਬੇਗੈਰਤ ਆਦੇ ਕਰਬਲਾ ਦੇ ਸ਼ਹੀਦਾਂ ਦੀਆਂ ਲਾਸ਼ਾਂ ਤੇ ਘੋੜੇ ਭਜਾਓ। ਕਰ ਲਵੈਣ ਕਰ ਲਵੈਣ, ਹੁਣ ਅਲੀ ਦੀਆਂ ਦੀਆਂ ਜੰਗਲ ਚ ਵੈਣ ਪੀਆਂ ਕੱਤੀਆਂ। ਕਰਬਲਾ ਦੇ ਪਾਕ ਸ਼ਹਿਦਾ ਦੀਆਂ ਲਾਸ਼ਾਂ ਤੇ ਘੋੜੇ ਦੌੜਾਓ। ਅਦਾਦਾਰੋ ਮਾਤਮੀਓ, ਕਮ ਅਜ਼ ਕਮ 10 ਹਰਾਮੀ ਅਲੈਦਾ ਹੋਏ ਜਿਨ੍ਹਾਂ ਕੋਸ਼ਿਸ਼ ਕੀਤੀਏ ਜੋ ਕਰਬਲਾ ਦੇ ਪਾਕ ਸ਼ਹਿਦਾ ਦੀਆਂ ਲਾਸ਼ਾਂ ਤੇ ਘੋੜੇ ਦੌੜਾਈਏ। ਅਗਰ ਹਾਂ ਡੁੱਖੇ ਮਾਫ਼ ਕਰਦੇ ਮੈਂ, ਮਕਤਲ ਚਿੰਦੇ ਨਾਲ ਦਾ ਹੋਰ ਲਫ਼ਜ਼ ਨਹੀਂ ਮਿਲਦਾ, ਵਰਨਾ ਮੈਂ ਨਾ ਆਖਾਂ ਸਾਦਾਤ ਗੈਰੇ ਸਾਦਾਤ। ਇਹਨਾਂ ਘੋੜਾਂ ਵਿੱਚੋਂ ਉਹ ਘੋੜੇ ਅਲੈਦਾ ਕੀਤੇ ਨੇ ਜਿਨ੍ਹਾਂ ਦੇ ਸੁੰਬਾਂ ਨਾਲ ਲੋਹੇ ਦੀਆਂ ਨਾਲਾਂ ਲੱਗੀਆਂ ਹੋਈਆਂ। ਆਬਾਦ ਰਹੋ, ਆਬਾਦ ਰਹੋ, ਆਬਾਦ ਰਹੋ, ਆਬਾਦ ਰਹੋ। ਉਹ ਘੋੜੇ ਅਲੈਦਾ ਕੀਤੇ ਨੇ ਮਾਤਮੀਓ, ਜਿਨ੍ਹਾਂ ਘੋੜਾਂ ਦੇ ਸੁੰਬਾਂ ਦੇ ਨਾਲ ਮੇਰੇ ਭਾਈਓ ਲੋਹੇ ਦੀਆਂ ਨਾਲਾਂ ਲੱਗੀਆਂ ਹੋਈਆਂ ਨੇ। ਇਹਨਾਂ ਇਰਾਦਾ ਕੀਤਾ ਘੋੜਿਆਂ ਦੀਆਂ ਵਾਗਾਂ ਚਾਹੀਏ। ਇਤਨੇ ਤੱਕ ਤਾਂ ਸੈਨ ਫਿਜ਼ਾ ਸਲਾਮੁੱਲਾ ਅਲੈਹਾ ਖੈਮਾਂ ਦੇ ਦਰ 'ਤੇ ਖੜ ਕੇ ਦੇਖਦੀ ਰਹੀ। ਜਿਹੜਾ ਇਹਨਾਂ ਇਰਾਦਾ ਕੀਤਾ ਵਾਗਾਂ ਚਾਹੀਏ ਅਤੇ ਘੋੜਾਂ 'ਤੇ ਲਾਸ਼ਾਂ 'ਤੇ ਘੋੜੇ ਦੌੜਾਈਏ। ਮੇਰੇ ਭਾਈਓ, ਹਜ਼ਰਤ ਹਬੀਬ ਅਲੈਹਿ ਸਲਾਮ ਦੇ ਖਾਨਦਾਨ ਵਾਲੇ ਸਾਹਮਣੇ ਆ ਖੜੇ, ਆ ਦਿਨ ਗੋ ਸਾਖੋ ਛੋੜ ਗਏ ਹਨ, ਮਗਰ ਅਸਾਂ ਹਜ਼ਰਤ ਹਬੀਬ ਅਲੈਹਿ ਸਲਾਮ ਦੀ ਲਾਸ਼ 'ਤੇ ਘੋੜੇ ਨਾ ਭੱਜਣ ਦੇ ਸੋ। ਆ ਦਿਨ ਚਾਹ ਲਓ ਹਜ਼ਰਤ ਹਬੀਬ ਦੀ ਲਾਸ਼। ਇਹਨਾਂ ਫਿਰ ਇਰਾਦਾ ਕੀਤਾ ਵੀ ਘੋੜੇ ਦੌੜਾਈਏ, ਹਜ਼ਰਤ ਹੋਰ ਅਲੈਹਿ ਸਲਾਮ ਦੇ ਖਾਨਦਾਨ ਵਾਲੇ ਸਾਹਮਣੇ ਆ ਖੜੇ, ਆ ਦਿਨ ਗੋ ਸਾਖੋ ਛੋੜ ਗਏ ਹਨ, ਮਗਰ ਅਸਾਂ ਹਜ਼ਰਤ ਹੋਰ ਅਲੈਹਿ ਸਲਾਮ ਦੀ ਲਾਸ਼ 'ਤੇ ਘੋੜੇ ਨਾ ਭੱਜਣ ਦੇ ਸੋ। ਮੇਰੇ ਭਾਈਓ, ਮਾਫ਼ ਕਰਾਏ ਅਗਰ ਹਾਂ ਦੁੱਖ ਜਾਵੇ ਤੋ, ਇਹੋ ਕੁਝ ਫੜਦਾ ਵਾਰਸਾਂ ਵਾਲਿਆਂ ਦੀਆਂ ਲਾਸ਼ਾਂ ਚਲੀ ਗਈਆਂ। ਮਾਤਮ ਕਰ ਲੈ, ਤੇਰੇ ਮਜ਼ਹਬ ਵਿੱਚ ਮਾਤਮ ਸਵਾਬ ਹੈ, ਤੇਰੇ ਮਜ਼ਹਬ ਵਿੱਚ ਰੋਣਾ ਸਵਾਬ ਹੈ। ਵਾਰਸਾਂ ਵਾਲਿਆਂ ਦੀਆਂ ਲਾਸ਼ਾਂ ਚਲੀਆਂ ਗਈਆਂ, ਮਕਤਲ ਵਾਲੇ ਲਿਖਦੇ ਨੇ ਤਰੇ ਬੇ ਵਾਰਿਸ ਲਾਸ਼ਾਂ ਬਚ ਗਈਆਂ। ਹੁਣ ਕਰ ਸਵਾਲ ਕਹਿੰਦੀ ਕਹਿੰਦੀ ਲਾਸ਼, ਮੇਰੇ ਭਾਈਓ, ਇੱਕ ਜ਼ਹਰਾ ਦੇ ਪੁੱਤਰ ਹੁਸੈਨ ਦੀ ਲਾਸ਼, ਦੂਜੀ ਹੁਸੈਨ ਦੇ ਸੋਹਣੇ ਮਸ ਲਾਂਦੇ ਪੁੱਤਰ ਅਲੀ ਅਕਬਰ ਦੀ ਲਾਸ਼, ਤ੍ਰੀਜੀ ਹੁਸੈਨ ਦੀ ਗੁਰਬਤ ਦੇ ਗਵਾਹ ਅਲੀ। ਵਸਦੇ ਰਹੋ, ਵਸਦੇ ਰਹੋ, ਵਸਦੇ ਰਹੋ, ਵਸਦੇ ਰਹੋ। ਇੱਕ ਇਮਾਮ ਹੁਸੈਨ ਅਲੈਹਿ ਸਲਾਮ ਦੀ ਆਪਣੀ ਲਾਸ਼, ਇੱਕ ਇਮਾਮ ਹੁਸੈਨ ਅਲੈਹਿ ਸਲਾਮ ਦੇ ਸੋਹਣੇ ਮਸਲਾਂ ਦੇ ਪੁੱਤਰ ਅਲੀ ਅਕਬਰ ਅਲੈਹਿ ਸਲਾਮ ਦੀ ਲਾਸ਼ ਮਾਤਮੀ, ਇੱਕ ਇਮਾਮ ਹੁਸੈਨ ਅਲੈਹਿ ਸਲਾਮ ਦੀ ਗੁਰਬਤ ਦੇ ਗਵਾਹ ਪੁੱਤਰ ਅਲੀ ਅਸਗਰ ਦੀ ਲਾਸ਼, ਇੱਕ ਇੱਕ ਹਰਫ਼ ਦਾ ਜ਼ਾਮਿਨ ਹੈ ਜਿਹੜਾ ਰੋਮਨ ਟੁਰਾ ਹੈ। ਜਿਹੜਾ ਇਮਾਮ ਡਿੱਠੇ ਨਾ ਵੀ ਮੇਰੇ ਜਵਾਨਾਂ ਦੀਆਂ ਲਾਸ਼ਾਂ ਚਵੀ ਗਈਆਂ, ਮੇਰੇ ਮਹਿਮਾਨਾਂ ਦੀਆਂ ਲਾਸ਼ਾਂ ਚਵੀ ਗਈਆਂ। ਮੇਰੇ ਭਾਈਓ, ਇਮਾਮ ਦੀ ਕਿਹੜੀ ਹਾਲਤ ਹੈ? ਬਿਲਾ ਤਸ਼ਬੀਹ ਸੱਜੀ ਬਾਂਹ ਵਧਾਈ ਨੇ ਪੁੱਤਰ ਅਲੀ ਅਕਬਰ ਦੇ ਪਾਸੇ,
ਖੱਬੀ ਬਾਹ ਵਧਾਈ ਨੇ ਪੁੱਤਰ ਅਲੀ ਅਸਗਰ ਦੇ ਪਾਸੇ ਤੇ ਪੁੱਤਰਾਂ ਦੇ ਪਾਸੇ ਭਾਈ ਵਧਾ ਕੇ ਆਖਦੇ ਨਾ ਆਓ ਮੇਰੇ ਲਾਲ ਮੇਰੇ ਹਾਂ ਨਾਲ ਲੱਗ ਵੰਡੋ ਸੈਯਦਾ ਦੇ ਨਾ ਕੋਈ ਤੁਹਾਡਾ ਰਹਿ ਗਿਆ ਨਾ ਕੋਈ ਮੇਰਾ ਰਹਿ ਗਿਆ ਵਸਦੇ ਰਹੋ ਵਸਦੇ ਰਹੋ ਵਸਦੇ ਰਹੋ ਆਓ ਮੇਰੇ ਹਾਂ ਨਾਲ ਲੱਗ ਵੰਡੋ ਨਾ ਕੋਈ ਤੁਹਾਡਾ ਰਹਿ ਗਿਆ ਨਾ ਕੋਈ ਮੇਰਾ ਰਹਿ ਗਿਆ ਇਤਨੇ ਤੱਕ ਸੈਨ ਫਿਰਜ਼ਾ ਸਲਾਮ ਉੱਲਾ ਅਲੈਹਾ ਖੈਮਾ ਦੇ ਦਰ ਤੇ ਬਹਿਦੀ ਰਹੀਏ ਮੈਂ ਕਰਬਲਾ ਗਿਆ ਜਾ ਦੇਖ ਕੇ ਆਇਆ ਮੌਲਾ ਤੁਹਾਨੂੰ ਵੀ ਲੈ ਜਾਵੇ ਜੱਡਾ ਤ੍ਰੈ ਬੇਵਾਰਿਸ ਲਾਸ਼ਾਂ ਬਚ ਗਈਆਂ ਨਾ ਤੇ ਉਮਰ ਇਬਨ ਸਾਦਾ ਦੇ ਵੀ ਸਾਰਿਆਂ ਦੀਆਂ ਲਾਸ਼ਾਂ ਚ ਵੀ ਗਈਆਂ ਇਹ ਤ੍ਰੈ ਬੇਵਾਰਿਸ ਬਚ ਗਏ ਨੇ ਇਹਨਾਂ ਦਾ ਵਾਰਿਸ ਕਰਬਲਾ ਦੇ ਮੈਦਾਨ ਵਿੱਚ ਮੌਜੂਦ ਕੋਈ ਨਹੀਂ ਵਾਗਾਂ ਚਾਹੋ ਤੇ ਲਾਸ਼ਾਂ ਦੀ ਬੇਹੁਰਮਤੀ ਕਰੋ ਮੇਰੇ ਭਾਈਓ ਸੈਣ ਫਿਜ਼ਾ ਦੌੜ ਕੇ ਅੰਦਰ ਆਈ ਮੇਰੀ ਸੈਣਾ ਦੀ ਹੁਣ ਤੱਕ ਤਦੇ ਦੀ ਰਹੀ ਹੈ ਹੁਣ ਬਰਦਾਸ਼ਤ ਨਹੀਂ ਹੋਇਆ ਸੈਣ ਫਿਜ਼ਾ ਦੀ ਅਲੀ ਦੀ ਧੀ ਸਾਰਿਆਂ ਦੀਆਂ ਲਾਸ਼ਾਂ ਚਵੀਆਂ ਗਈਆਂ ਨੇ ਤੇਰੇ ਭਰਾ ਹੁਸੈਨ ਦੀ ਲਾਸ਼ ਬਚ ਗਈ ਹੈ ਤੇਰੇ ਪੁੱਤਰ ਅਲੀ ਅਕਬਰ ਦੀ ਲਾਸ਼ ਬਚ ਗਈ ਏ ਸ਼ਾਹਜ਼ਾਦੇ ਅਲੀ ਅਸਗਰ ਦੀ ਲਾਸ਼ ਬਚ ਗਈ ਏ ਸੈਣ ਫਿਜ਼ਾ ਰਵਾਇਤ ਕਰਦੀ ਏ ਮੈਂ ਡਿੱਠਾ ਜੋ ਮੌਲਾ ਅਲੀ ਅਲੈਹ ਸਲਾਮ ਦੀ ਪਾਕ ਧੀ ਦੇ ਚਿਹਰੇ ਤੇ ਮੌਤ ਦੀ ਸਰਦੀ ਆਈ ਏ ਮੈਂ ਡਿੱਠਾ ਜੋ ਅਲੀ ਦੀ ਧੀ ਹੁਣੇ ਬਦ ਦੁਆ ਕਰੇ ਸੀ ਕਰਬਲਾ ਸ਼ਾਮੀਆਂ ਤੇ ਕੂਫੀਆਂ ਨਾਲ ਗਰਕ ਹੋਵੇ ਸੀ ਸੈਣ ਫਿਜ਼ਾ ਹੱਥ ਬੰਨ ਕੇ ਆਦੀ ਅਲੀ ਦੀ ਧੀ ਬਦ ਦੁਆ ਨਾ ਕਰੇ ਮੈਂ ਇੱਕ ਮਸ਼ਵਰਾ ਦੇਨੀ ਆ ਕੀ ਆਖਣਾ ਚਾਹੁੰਦੀ ਏ ਬੀਬੀ ਫਰਮਾਇਆ ਤੇਰੇ ਨਾਨੇ ਦਾ ਗੁਲਾਮ ਉਹ ਸਹਾਬੀ ਆ ਹੌਸਲੇ ਨਾਲ ਉਹ ਸਹਾਬੀ ਆ ਮੁਹੰਮਦ ਦੀ ਧੀ ਏ ਉਹ ਸਹਾਬੀ ਆ ਤੂੰ ਮੁਹੰਮਦ ਦੀ ਧੀ ਏ ਬੀਬੀ ਆਦੀ ਜਿਹੜੇ ਲੈ ਸਾਡੇ ਮਾਂ ਬਲ ਆਏ ਨਾ ਨਜਫ ਅਸ਼ਰਫ ਮੈਂ ਦੇਖਦੀ ਆਈ ਹਾਂ ਇੱਕ ਸ਼ੇਰ ਹਾ ਕਹਿਲੇ ਤੇਰੇ ਮਾਮਲ ਤਲੇ ਖੜ ਕੇ ਰੋਂਦਾ ਹਾ ਕਹਿਲੇ ਲਾਹੌਰ ਵਾਲੀ ਸੈਣ ਦੇ ਮਾਮਲ ਤਲੇ ਖੜ ਕੇ ਰੋਂਦਾ ਹਾ ਕਹਿਲੇ ਮੌਲਾ ਅਲੀ ਅਲੈਹ ਸਲਾਮ ਦੀ ਬੇ ਔਲਾਦ ਧੀ ਦੇ ਮਾਮਲ ਤਲੇ ਖੜ ਕੇ ਰੋਂਦਾ ਹਾ ਤੇ ਆਪਣੀ ਬੋਲੀ ਚਾਦਾ ਵਤਨ ਤੇ ਮਰ ਗਈਆਂ ਹੋਵਾ ਕਦੀ ਜੰਗਲ ਕਰਬਲਾ ਨਾ ਆਈਆਂ ਹੋਆ ਸੈਣ ਫਿਜ਼ਾ ਮੈਂ ਪੜ੍ਹਨਾ ਸ਼ਾਮੇ ਗਰੀਬਾ ਚਾਹਨਾ ਮਗਰ ਇਹ ਪਹਿਲਾ ਵਾਕਿਆ ਬਾਜ਼ ਉਲਮਾ ਜ਼ਾਕਰ ਇਤਨਾ ਨਹੀਂ ਪੜ੍ਹਦੇ ਮੇਰੇ ਭਾਈਓ ਸੈਣ ਫਿਜ਼ਾ ਫਰਮਾਇਆ ਅਲੀ ਅਲੈਹ ਸਲਾਮ ਦੀ ਧੀ ਜਿੱਦਾਂ ਸਾਡੇ ਖਿਆਮ ਲੱਗੇ ਨਾ ਡੂ ਮੁਹਰਮ ਇਕੈਟ ਹਿਜਰੀ ਕਰਬਲਾ ਦੀ ਸਰਜ਼ਮੀਨ ਤੇ ਮੈਂ ਵੇਖੇ ਸ਼ੇਰ ਸਾਹਮਣੇ ਵਾਲੇ ਸਹਰਾ 'ਚ ਚਲਾ ਗਿਆ ਸਾਹਮਣੇ ਵਾਲੇ ਜੰਗਲ 'ਚ ਚਲਾ ਗਿਆ ਬੀਬੀ ਆਦੀਏ ਅਗਰ ਤੁਸੀਂ ਇਜਾਜ਼ਤ ਦਿਓ ਇਸ ਤੋਂ ਔਖਾ ਵਕਤ ਨਹੀਂ ਹੋਣਾ ਮੈਂ ਸ਼ੇਰ ਦੇ ਨਾਲ ਸੱਡ ਮਰੇਂਦੀ ਹਾਂ ਬੀਬੀ ਆਦੀ ਕੋਈ ਵਸ ਲੱਗਦੇ ਤਲਾ ਮੇਰੇ ਭਰਾ ਦੀ ਲਾਸ਼ ਬਚ ਜਾਵੇ ਕੋਈ ਵਸ ਲੱਗਦੇ ਤਲਾ ਮੇਰੇ ਭਤੀਜਿਆਂ ਦੀਆਂ ਲਾਸ਼ਾਂ ਬਚ ਜਾਵੇ ਜਾਓ ਕਰਬਲਾ ਆਜੋ ਜਾ ਦੇਖੋ ਜਿਹਦਾ ਨਾਮ ਮਕਾਮ ਅਬੁਲ ਹਾਰਿਸ ਹੈ ਸੈਣ ਫਿਜ਼ਾ ਇੱਥਾ ਆ ਖੜੀਏ ਤੇ ਸ਼ੇਰ ਦੇ ਪਾਸੇ ਰੁੱਖ ਇਸਮਤ ਕਰਕੇ ਆਦੀਏ ਅਬੁਲ ਹਾਰਿਸ ਜਲਦੀ ਆ ਅਲੀ ਦੀਆਂ ਧੀਆਂ ਰੋਂਦੀਆਂ ਪਈਆਂ ਥੱਕ ਨਹੀਂ ਅਬੂਲ ਹਾਰਿਸ ਜਲਦੀ ਆ ਹੁਸੈਨ ਦੀਆਂ ਭੇੜੀ ਰੋਂਦੀਆਂ ਪਈਆਂ ਤਾਰੀਖ ਵਾਲੇ ਲਿਖਦੇ ਨੇ ਇਹ ਅਬੂਲ ਹਾਰਿਸ ਇਹ ਸ਼ੇਰ ਦੀ ਕੁਨੀਅਤ ਅਬੂਲ ਹਾਰਿਸ ਇਹ ਧਾਣਾ ਮਰਿੰਦਾ ਹੋਇਆ ਗੂੰਜਾ ਮਰਿੰਦਾ ਹੋਇਆ ਜ਼ਾਹਿਰ ਹੋਏ ਉਮਰ ਇਬਨ ਸਾਦ ਮਲਾਉਨ ਆਪਣੀ ਫੌਜ ਨੂੰ ਆਦੇ ਉਹ ਸਾਹਮਣੇ ਦੇਖੋ ਸ਼ੇਰ ਏ ਜਿਹੜਾ ਜਜ਼ੀਰੇ ਜੰਗਲ ਸਹਰਾ ਚੋਂ ਨਿਕਲੇ ਤੁਹਾਨੂੰ ਤਕਲੀਫ ਨਾ ਕਰਨੀ ਪੋਸੀ ਤੁਹਾਨੂੰ ਲਾਸ਼ਾਂ ਤੇ ਘੋੜੇ ਨਾ ਭਜਾਵਣੇ ਪੋਸੇ ਇੱਕ ਲਹਿਜ਼ਾ ਇੰਤਜ਼ਾਰ ਕਰੋ ਇਹ ਸ਼ੇਰ ਜਾਨਵਰ ਏ ਤੱਸੇ ਹੈ ਭੁੱਖੇ ਏ ਹੁਣੇ ਦੇਦੇ ਹੈ ਕਰਬਲਾ ਦੇ ਕਿਹੜੇ ਸ਼ਹੀਦ ਦੀ ਲਾਸ਼ ਨੂੰ ਨੁਕਸਾਨ ਦਿੰਦੇ ਮੇਰੇ ਭਾਈਓ ਸ਼ੇਰ ਭਾਵੇਂ ਜਾਨਵਰ ਹੈ ਸਹਰਾ ਚੋਂ ਨਿਕਲੇ ਸਿੱਧਾ ਮੌਲਾ ਅਲੀ ਅਲੈਹ ਸਲਾਮ ਦੀਆਂ ਧੀਆਂ ਦੇ ਖੈਮਾ ਦੇ ਕੋਲ ਆ ਜਾਏ ਟੱਕਰ ਮਾਰੀਏ ਜ਼ਮੀਨ ਤੇ ਆਪਣੀ ਬੋਲੀ ਚਾਹੁੰਦੇ ਉਹ ਵੇਲੇ ਸੱਦੇ ਆ ਜਦਾਂ ਗਾਦੀ ਤੁਰੇਂਦੀ ਪਈ ਆ ਕਰ ਲੈ ਵੈਣ ਆਪਣੀ ਬੋਲੀ ਚਾਹੁੰਦੇ ਉਹ ਵੇਲੇ ਸੱਦੇ ਆ ਜਦਾਂ ਅਕਬਰ ਤੁਰੇਂਦੀ ਪਈ ਹਾਵੇ ਉਹ ਵੇਲੇ ਸੱਦੇ ਹਾਂ ਜਦਾਂ ਕਾਸਿਮ ਤੁਰੇਂਦੀ ਪਈ ਹਾਵੇ
ਵਸਦੇ ਰਹੋ, ਆਬਾਦ ਰਹੋ, ਸਦਾ ਸਲਾਮਤ ਰਹੋ। ਬਸ ਵੈਣ ਸੁਣੋ, ਤਾਲਬੇ ਦੁਆ ਸ਼ੇਰ। ਮੇਰੇ ਭਾਈਓ, ਤੁਸਾਂ ਦਾ ਦਾਰ ਹੋ, ਮਾਤਮੀ ਹੋ, ਸੈਦ ਹੋ, ਗੈਰ ਸੈਦ ਹੋ, ਪਰਦੇ 'ਚ ਮੇਰੀਆਂ ਮਾਵਾਂ ਬਹਿਣਾ ਤਸ਼ਰੀਫ ਫਰਮਾ, ਤੁਸਾਂ ਤਾਂ ਅਦਾਦਾਰ ਮਾਤਮੀ ਹੋ ਨਾ, ਅਤੇ ਅਲੀ ਦੀਆਂ ਧੀਆਂ ਨੂੰ ਉੱਜੜਨ ਦੀ ਮੁਕਾਣ ਦੇਵਣ ਆਏ ਬੈਠੇ ਹੋ। ਇਹ ਤੁਹਾਡੇ ਤੋਂ ਪਹਿਲੇ ਸ਼ੇਰ ਅਲੀ ਦੀਆਂ ਧੀਆਂ ਨੂੰ ਮੁਕਾਣ ਦਿੱਤੀ ਹੈ। ਮੇਰੇ ਭਾਈਓ, ਟੱਕਰ ਮਾਰੀਏ ਜ਼ਮੀਨ 'ਤੇ, ਆਪਣੀ ਬੋਲੀਏ ਚਾਹਦਾ ਫਿਰਾਵਾਂ ਦੀ ਮੁਕਾਣ ਛੱਲ ਲੈ, ਪੁੱਤਨਾ ਦੀ ਮੁਕਾਣ ਚੱਲ ਲੈ, ਬਦਰੀ ਜਾਂ ਦੀ ਮੁਕਾਣ ਚੱਲ ਲੈ। ਮੇਰੇ ਭਾਈਓ, ਮੌਲਾ ਅਲੀ ਅਲੈਹਿ ਸਲਾਮ ਦੀਆਂ ਪਾਕ ਧੀਆਂ ਨੂੰ ਮੁਕਾਣ ਦੇ ਕੇ ਮੱਤਲ ਵੱਲ ਲਿਖ ਦੇਣ, ਅਜਾ ਤੱਕ ਖਿਆਮ ਮੌਜੂਦ ਹੈ, ਮੁਕਾਣ ਦੇ ਕੇ ਵੱਧ ਕਰਬਲਾ ਦੀ ਸਰਜ਼ਮੀਨ 'ਤੇ ਆਏ, ਕਰਬਲਾ ਦੇ ਮੈਦਾਨ 'ਚ ਆਇਆ ਜਿਹੜਾ ਰੋਮਣ ਟੁੱਟ ਆਏ। ਉਮਰ ਇਬਨ ਸਾਦ ਮਲਾਉਣਾ ਦੇ ਹੁਣ ਦੇਖੋ ਕਿਹੜੀ ਲਾਸ਼ ਨੂੰ ਨੁਕਸਾਨ ਦਿੰਦਾ। ਮੇਰੇ ਭਾਈਓ, ਇਹ ਅਬੂਲ ਹਾਰਿਸ ਇੱਕ ਲਾਸ਼ ਦੇ ਕੋਲ ਆਉਂਦਾ, ਕਾਫੀ ਦੇਰ ਉਹਦੀ ਖੁਸ਼ਬੂ ਮਹਿਸੂਸ ਕਰੇਂਦੇ, ਵੱਧ ਬਈ ਲਾਸ਼ ਕੋਲ ਹੋਏਂਦੇ, ਕਾਫੀ ਦੇਰ ਉਹਦੀ ਖੁਸ਼ਬੂ ਮਹਿਸੂਸ ਕਰੇਂਦੇ। ਮੇਰੇ ਭਾਈਓ, ਲਾਸ਼ਾਂ ਗੁਲੇਂਦਾ ਗੁਲੇਂਦਾ ਉਸ ਜਾ ਤੇ ਆਏ ਜਿੱਥਾਂ ਤੁਹਾਡੇ ਤੇ ਮੇਰੇ ਮਜ਼ਲੂਮ ਦੀ ਲਾਸ਼ ਪਈ ਆਈ, ਤੇ ਸਰ ਨਾਲ ਕੋਈ ਨਹੀਂ, ਆਪਣੇ ਅਗਲੇ ਪੰਜਾਂ ਨਾਲ ਇਮਾਮ ਹੁਸੈਨ ਅਲੈਹਿ ਸਲਾਮ ਦੇ ਗਲ ਦਾ ਖੂਨ ਗਿੱਧਾ ਆਪਣੇ ਵਾਲਾਂ 'ਤੇ ਮਲਣਾ ਸ਼ੁਰੂ ਕੀਤਾ, ਅਤੇ ਆਦੇ ਊਂ ਵੇਲੇ ਸੱਦੇ ਹਾਂ ਜਿੱਦਾਂ ਗਾਜ਼ੀ ਟੋਰੇ, ਜਿੱਦਾਂ ਮੱਛੜੇ ਮਾਰੇ ਗਏ ਨੀ ਊਂ ਵੇਲੇ ਸੱਦੇ। ਬਸ ਮੇਰੇ ਭਾਈਓ, ਮਕਤਲ ਵਾਲੇ ਲਿਖ ਦੇਣ, ਲਾਸ਼ਾਂ ਦੀ ਪਾਮਾਲੀ ਤੋਂ ਬਾਅਦ ਜਦ ਤੱਕ ਇਹ ਅਬੂਲ ਹਾਰਿਸ ਸ਼ੇਰ ਲਾਸ਼ਾਂ ਦੇ ਕੋਲ ਮੌਜੂਦ ਰਹੇ, ਉਲਮਾ ਲਿਖ ਦੇਣ ਲਾਸ਼ਾਂ ਦੀ ਪਾਮਾਲੀ ਨਹੀਂ ਹੋਈ। ਹੁਣ ਅਗਲਾ ਜਿਹੜਾ ਵਾਕਿਆ ਮਕਤਲ ਵਾਲਿਆਂ ਲਿਖਿਆ ਨਾ, ਇਹ ਲਿਖ ਦੇਣ ਜੋ ਪਾਮਾਲੀ ਤੋਂ ਬਾਅਦ ਇਹ ਮਲਾਉਣ ਮੌਲਾ ਅਲੀ ਅਲੈਹਿ ਸਲਾਮ ਦੀਆਂ ਪਾਕ ਧੀਆਂ ਦੇ ਖੈਮੇ 'ਚ ਦਾਖਲ ਹੋ ਗਏ। ਇਹੋ ਲਫ਼ਜ਼ ਦੇ, ਕੋਈ ਬੇਵਸੀ ਹੋਵੇ ਤੋ ਮਾਫ ਕਰੇ, ਇਹੋ ਲਫ਼ਜ਼ ਦੇ ਤਾਰੀਖ ਦੇ ਇੱਕ ਇੱਕ ਲਫ਼ਜ਼ ਦਿਖਾ ਸਕਦਾ, ਜ਼ਾਤੀ ਮੁਤਾਲੇ ਨਾਲ ਪੜ੍ਹਨ ਦਾ ਮੇਰਾ ਤਾਲੁਕ ਹੈ। ਇਹ ਬਗੈਰ ਇਜਾਜ਼ਤ ਤੋਂ ਮੌਲਾ ਅਲੀ ਅਲੈਹਿ ਸਲਾਮ ਦੀਆਂ ਪਾਕ ਧੀਆਂ ਦੇ ਖੈਮੇ 'ਚ ਦਾਖਲ ਹੋਣ, ਜਿਹੜਾ ਪਹਿਲਾ ਪਹਿਲਾ ਇਹਨਾਂ ਜ਼ੁਲਮ ਕੀਤਾ ਨਾ, ਮੌਲਾ ਅਲੀ ਅਲੈਹਿ ਸਲਾਮ ਦੀਆਂ ਧੀਆਂ ਦੇ ਖੈਮਾਂ ਨੂੰ ਅੱਗ ਲਾਈ ਨੇ, ਜਿੱਦਾਂ ਅੱਗ ਲਾਈ ਨੇ ਨਾ, ਮੇਰੀ ਸਹਿਣ ਨੂੰ ਬਾਬਾ ਅਲੀ ਯਾਦ ਆਏ, ਰੋ ਹੀ ਪਈਏ, ਤੇ ਰੋ ਕੇ ਮੇਰੀ ਸਹਿਣ ਵਹਿਣ ਕੀਤਾ, ਤੇ ਤੂੰ ਹੀ ਵਹਿਣ ਕਰ ਲੈ। ਬੀਬੀ ਆਦੀ ਨਹੀਂ ਅੱਗ ਬੁਝਦੀ, ਤੇਰੀਆਂ ਧੀਆਂ ਤੋਂ ਸਾਡੀ ਕਰ ਬਾਬਾ ਇਮਦਾਦ, ਮੈਂ ਤਲੀਆਂ ਮਲ ਮਲ ਥੱਕ ਗਈਆਂ, ਨਹੀਂ ਖੋਲੀ ਅੱਖਾਂ ਸਜਾਦ ਅਦਾਦਾਰ ਮਾਤਮੀਓ, ਮੱਤਲ ਵੱਲ ਲਿਖਦੇ ਨੀ ਨਾਲੀ ਦੀਆਂ ਧੀਆਂ ਦੀਆਂ ਚਾਦਰਾਂ ਲੁੱਟੀਆਂ, ਮੈਂ ਡਰਦਾ ਖੜਾ ਮੈਂ ਕਿਵੇਂ ਪੜਸਾ ਤੇ ਤੂੰ ਕਿਵੇਂ ਸੁਣਸੇ। ਉਹ ਮਾਤਮੀਓ, ਇੰਨਾ ਅਲੀ ਦੀਆਂ ਧੀਆਂ ਦੇ ਸੇਵਰ ਲਹਾਏ, ਮੱਤਲ ਵੱਲ ਲਿਖਦੇ ਇੰਨਾ ਅਲੀ ਦੀਆਂ ਧੀਆਂ ਦੀਆਂ ਪੁਸ਼ਤਾਂ ਤੇ ਤਾਸੀਆਂ ਲੈ ਮਾਰੇ, ਮੱਤਲ ਵੱਲ ਲਿਖਦੇ ਧੀਆਂ ਦੇ ਚਿਹਰਾ ਤੇ ਤਮਾਚੇ ਮਾਰੇ, ਰੋਂਦੀ ਪਈ ਏ ਰੋ ਰੋ ਕੇ ਆਦੀ ਏ, ਮੈਂ ਕੋ ਦੱਸ ਸੁਲਤਾਨ ਮਾਤਾ, ਮੈਂ ਕੋ ਦੱਸ ਸੁਲਤਾਨ ਵਸਾਦੀ ਨਗਰੀ ਦਾ, ਉਹ ਖੜੀ ਪੁੱਛਦੀ ਏ ਭੇ ਸਲਾਏ, ਬੀਬੀਆਂ ਦੀ ਆਸ਼ ਮਰ ਗਿਆ ਏ ਸਾਡੇ ਖੈ ਹੋਰ ਕਿਹੜੇ ਵੀਰ ਪੁਸਾਦ, ਬੀਬੀਆਂ ਦੀ ਹੋਰ ਕਿਹੜੇ ਵੀਰ ਰੁਕੂ ਸਾਧੂਆਂ ਰਾ
مولا علی علیہ السلام دیا دھیان دے زیور لہائے مولا علی علیہ السلام دیا پاک دھیان دیا چادر لہائیا ادا دارو ماتمیوں مقتل والے لکھ دین مولا علی علیہ السلام دی اپنی چھوٹی بھیڑ سینوں میں کلسوم سلام اللہ علیہ نو فرمائیں بھیڑ رات ویلا ہو گئے سارے یتیم کٹھے کر پردہ دار کٹھے کر میں پہرا دے دیا ادا دار ماتمیوں سین کلسوم سارے بچیاں نو جمع کیتے آدھی بڑی بھیڑ سین دے سینے دا تویر نہیں لبدا سین سکینہ بابے دلات کول بیٹھی آئی آدھی بڑا ویرون تھی آئی ہے یا کوئی نہ حسین رو پی آئے رو رو کے آدھے نا اچھا بولے پی آنا لکھ سڑ دائی اوٹی کول بڑے آگئی ہے سیادہ دا میرے زخم چوبے آباد رہو میں لکھ دفاع کا میں لکھ دفاع کا سیدا دلا اچا بولے پیا لکھ سن گئی زخم گڑے دے خون پوچھے دے او میں سینے پہ سم گئی ہے سیادہ دے گے تری شمار آباد رہو سدا سلامت رہو سین ام کلثوم سلام اللہ علیہ یتیم جمع کیتے پردہ دار جمع کیتے جو کچھ مقتل وچ ملدا ہے وہ کچھ پردہ ادا دارو ماتمیو مقتل والے لکھ دے نک تلوار دا ٹکڑا بچ گئے ادرا دویلا علی علیہ السلام دی دھی دی کیڑی حالت ہے چکری ولدی کھڑی ہے روتی کھڑی ہے کہہ کہہ لے نجر تو منہ کر گیا دی بابا آباد رہو آباد رہو آباد رہو آباد رہو آدیو پتر ہانی انہاں دی جنگ دے ڈرے آ جا تھی دا پہرا دے او ماتمیو تادی تمڑی سین چکر ول دی کھڑی ہے الحافظ ول حفیظ یا ایک گھوڑے سوار خیام دے پاسے آئے عقل مار گیا دی اکبر وقت کوئی اتارا سلامت رہو بی بی آدھی علی اکبر بات کوئی بے وارے سمجھ کے لٹڑا دے شہداد علی اکبر علیہ السلام دلا تڑپیے آدھے پوپیوے لے سلید دا پرچی لگ گئی ہے گھوڑے سوار نیڑے ہوتا ہے آخری لاتے طالب دعا گھوڑے سوار دے دے ہوتا ہے علی دی دھی آدھی رہی ہے سارا کچھ لٹا بیٹھی ہے ان بڑے کول کوئی شہر نے بچی او بات بھی ہو تڈا گھوڑے کے سوار کول آئے میں دی سین واگ ہاتھ پائے آدھی ہے رکنے یا میں سدا عباس حوصلے نال حوصلے نال گرمی دادی حوصلے نال ہاتھ نہ پھلو یار مات بھی دو ہاتھ نہ پھلو ہاتھ نہ پھلو ہاتھ نہ پھلو حوصلے نال بی بی آدھی گھوڑا رکے نے جڑے رومٹ میں لگ دفعہ کا حوصلے نال گرمی دادی نا بیبیا دی گھوڑا رکے نے یا میں عباس نو سدا او میرے بھائیو گھوڑے سوارا دے وقت سا کہندا نا چاہیے بیبیا دی میرا پھرال بابا لا پاد گھوڑا سوارا دے کتنے پھراواں دی بھیڑے بیبیا دی 18 پھراواں دی بھیڑا گھوڑا سوارا دے مار کہندے تے ہادی رو رو کے آدی میرے مکھ گئے آباد
خصوصاً شام غریباں دا صدقہ یکم محرم تو لے کے ہن تک علماء ذاکر زدار ماتمیاں دی پڑھائی نوئے خانہ دی نوئے خانی زدار ماتمیاں دی ماتم داری لنگر و نیاز خرچ اخراجات معصومین علیہ السلام دا صدقہ اپنی بارگاہ وچ منظور و مقبول فرما. مولا جتنے بھی لوگاں نے اس پاک مشن واسطے جس طریقے نال بھی تعاون کیتا محمد و اہل بیت محمد صدقہ انہاں نو اجر عظیم عطا فرما. اس وقت دا صدقہ بے اولاد مومن عزادارا ماتمیاں نو اولاد نرینہ عطا فرما.
مقروض مومنین دے قرض ادا غیب چوں فرما، پریشان مومنین دیاں پریشانیاں دور فرما، تنگ دست مومنین دیاں تنگ دستیاں دور فرما، بے روزگار مومنین نوں ذاتی باعزت روزگار عطا فرما، بے گھر مومن دا دار آتمی نوں ذاتی باعزت گھر عطا فرما، جتنے ٹر آئے انہاں دے گھراں تے اپنی رحمت تے برکت دا نزول فرما، مزید اس پاک گھرانے دی معرفت عطا فرما، اج جو زیارت دیاں حسرتاں جلد از جلد پوریاں فرما، مقدس مقامات دی مالک حفاظت فرما، صدقہ محمد والے محمد دا نیک مقصد اچ کامیابی اور کامرانی عطا فرما، اس پاک گھرانے دی معرفت عطا فرما، وقت دے امام امام زمانہ عجل اللہ فرج شریف دے ظہور تاجیل فرما، مولا دا جلد از جلد ظہور فرما، انہاں دی زیارت سن نصیب فرما، اسی انہاں دے آوان و انصار چوئیے، بارے لا واسطہ اپنی پاک ذات دا صدقہ، پنتن پاک بار امام چاہر دا معصومین علیہ السلام دا، امام بارگاہ دی جتنی بھی انجمن نے بانیان نے صدر نے جتنے بھی بھائی اس ذکر واسطے کوشش کاوش کر دیں یا کر رہے ہیں یا کرے سے، محمد والے محمد صدقہ انہاں دی کوششاں اپنی بارگاہ چ عبادت شمار فرما، اللہم کل ولیک الحجت ابن الحسن صلواتک علیہ وعلی آبائہ فی ہذہ الساعۃ وفی کل ساعۃ ولیا وحافظا وقائدا وناصرا ودلیلا وعینا حتی تسکنہ ارزقاتا وتمتعہ فیہا طویلا، یا رب محمد والے محمد صلی علی محمد والے محمد وعجل